ਇਹਨੂੰ ਮੈਂ ਕਿਹਾ ਗੱਡੀ ਦਾ ਇੰਜਣ ਖੋਲ, ਪਿੱਛੋਂ ਡਿੱਗੀ ਖੋਲ ਕੇ ਕਹਿੰਦਾ ਉਸਤਾਦ ਜੀ ਇੰਜਣ ਚੋਰੀ ਹੋ ਗਿਆ। ਤੇ ਵਿੱਚ ਇੰਜਣ ਲਿਆਈ ਨਹੀਂ ਸੀ, ਅਸੀਂ ਕੀ ਕਰੀਏ? ਇੰਜਣ ਪਿੱਛੇ ਹੁੰਦਾ ਕਿ ਅੱਗੇ ਹੁੰਦਾ ਹੀ? ਅੱਗੇ ਹੁੰਦਾ ਤੇ ਗੱਡੀ ਪੁੱਠੀ ਕਰਕੇ ਖਿਲਾ ਦਿਓ। ਤੁਹਾਨੂੰ ਨੀ ਪਤਾ ਸ਼ਗਿਰਦ ਗੱਡੀ ਵੱਲ ਜਾ ਰਹੀ ਹੈ? ਗੱਡੀ ਪੁੱਠੀ ਖੜੀ ਕਰੀਏ, ਤੂੰ ਨੀ ਉੱਤੋਂ ਨੀ ਜਾ ਸਕਦਾ। ਮੈਨੂੰ ਫੇਰਾ ਪਵਾਉਣਾ ਗੱਡੀ ਨਾ ਪੁੱਠੀ ਕਰਨਾ? ਤੂੰ ਮੇਰਾ ਉਸਤਾਦ ਹੈ ਕਿ ਗੱਡੀ ਦਾ ਉਸਤਾਦ ਹੈ? ਤੂੰ ਫੇਰਾ ਲਾ ਲਾ, ਤੇਰਾ ਕੀ ਟਾਇਰ ਫਾਟਾ ਹੈ? ਬਦਤਮੀਜ਼ ਆਦਮੀ, ਐਡਾ ਬੇਵਕੂਫ ਹੈ, ਮਾਰਕੀਟ 'ਚ ਕਬਾੜੀ ਆਇਆ ਲੋਹਾ ਖਰੀਦਣ, ਆ ਕੇ ਕਹਿੰਦਾ ਲੋਹਾ ਵੇਚ, ਐਲਾਨਤੀ ਨੇ ਸਾਰੇ 1000 ਵੇਚਤੇ। ਤੇ ਲੋਹੇ ਦੇ ਹੀ ਹੁੰਦੇ ਨੇ, ਹੋਰ ਪਲਾਸਟਿਕ ਦੇ ਹੁੰਦੇ ਨੇ? ਇਹ ਤੋਲ ਕੇ ਵੇਚਣ ਵਾਲੇ ਹੁੰਦੇ, ਮਹਿੰਗੇ ਆਉਂਦੇ ਨੇ ਇਹ। ਕਿਹੜੇ ਮਹਿੰਗੇ, 125 ਦੇ ਸਾਰੇ ਵਿਕ ਗਏ ਹਨ। ਵੇਖੀ ਇਹਨਾਂ ਦੇ ਗਏ ਸੀ ਖਰੀਦਣ ਜਾ, ਤੈਨੂੰ ਪਤਾ ਲੱਗਿਆ ਕਿੰਨੇ ਦੇ ਆਉਂਦੇ ਨੇ? ਤੇ ਨਾ ਖਰੀਦੋ, ਵੇਚੀ ਜਾਓ। ਅਕਲ ਬੜੀ ਕੇ ਬੱਕਰਾ? ਕੁਛ ਨਹੀਂ ਵੱਡਾ, ਤੇਰਾ ਸਿਰਫ ਮੂੰਹ ਵੱਡਾ ਹੈ। ਐਡਾ ਵੱਡਾ ਮੂੰਹ ਲੈ ਕੇ ਵਰਕਸ਼ਾਪ 'ਚ ਬਹਿ ਜਾਂਦਾ, ਗਾਹਕ ਬਾਹਰੋਂ ਹੀ ਵੇਖ ਕੇ ਕਹਿੰਦਾ ਰਸ਼ ਬਹੁਤ, ਅੱਗੇ ਚੱਲਨੇ ਆ। ਚਲੋ ਆਪ ਸੁੱਕਾ ਮੂੰਹ ਲੈ ਕੇ ਬਹਿ ਜਾਂਦਾ, ਗਾਹਕ ਕਹਿੰਦਾ ਓਏ ਉਸਤਾਦ ਬਿਮਾਰ ਹੈ, ਅੱਗੇ ਚੱਲਨੇ ਆ। ਐਡਾ ਵੱਡਾ ਮੂੰਹ ਹੈ, ਨਾ ਹੀ ਕੋਈ ਸ਼ੇਪ ਕਰਾਉਣ ਗਿਆ, ਨਾ ਹੀ ਅੱਧੀ ਸ਼ੇਪ ਕਰਕੇ ਬਹਿ ਗਿਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਭਾਈ ਐਡਾ ਮੂੰਹ ਹੈ, ਉਸ ਤਰ੍ਹਾਂ ਗਰਮ ਹੋ ਗਿਆ। ਐ ਸ਼ੇਪ ਕਰਾਉਣ ਗਿਆ, ਨਾ ਹੀ ਕਹਿੰਦਾ ਅਗਲੇ ਸਾਲ ਆਈ, ਹਲੇ ਮੇਰੇ ਬਲੇਡ ਨੇ ਬੱਚਾ ਨਹੀਂ ਦਿੱਤਾ। ਇਹ ਸ਼ੇਪ ਕਰਾਉਣ ਜਾਵੇ ਤੇ ਨਾ ਹੀ ਆਪਣੀ ਬੀਵੀ ਨੂੰ ਕਹਿੰਦਾ ਅੱਛਾ ਭਲੀਏ ਮੈਂ ਚੱਲਾਂ ਸ਼ੇਪ ਕਰਨ, ਮੈਨੂੰ ਪਤਾ ਨਹੀਂ 8 ਦਿਨ ਲੱਗਣੇ ਆ 10 ਦਿਨ ਲੱਗਣੇ ਆ, ਤੂੰ ਬੱਚੇ ਲੈ ਕੇ ਤੇ ਅੰਮੀ ਵੱਲੋਂ ਹੋਇਆ ਹੈ। ਇਹ ਸ਼ੇਪ ਕਰਾਉਣ ਜਾਏ, ਨਾ ਹੀ ਕਹਿੰਦਾ ਸਾਰੇ ਭਰਾ ਇਕੱਠੇ ਆਇਆ ਕਰੋ, ਤੁਸੀਂ ਕੀ ਮੂੰਹ ਦੀਆਂ ਫਾੜੀਆਂ ਕਰਕੇ ਫਿਰਨ ਡਏ? ਤੇ ਇਹ ਸ਼ੇਪ ਕਰਾਉਣ ਜਾਵੇ, ਨਾ ਹੀ ਕਹਿੰਦਾ ਭਾਈ ਸਾਹਿਬ ਬੈਠੋ, ਮੁੰਡਾ ਕਈ ਲੈ ਕੇ ਗਿਆ, ਆਉਂਦਾ ਤੇ ਤੁਹਾਡੇ ਮੋਢੇ ਤੇ ਪੈਰ ਰੱਖ ਕੇ ਟੱਪਾ ਮਾਰਨੇ ਆਈਏ। ਇਹ ਸ਼ੇਪ ਕਰਾਉਣ ਜਾਏ, ਨਾ ਹੀ ਕਹਿੰਦਾ ਅਗਲੇ ਜੁੰਮੇ ਆਵੀ, ਹਲੇ ਮੇਰਾ ਨਹੁੰ ਨਹੀਂ ਵਧਿਆ। ਤੇ ਇਹ ਸ਼ੇਪ ਕਰਾਉਣ ਜਾਵੇ, ਨਾ ਹੀ ਮੂੰਹ ਥੱਲੇ ਇੰਜ ਵੜ ਜਾਂਦਾ ਜਿਵੇਂ ਥੱਲੇ ਵੜ ਕੇ ਗੱਡੀ ਧੋਈ ਦੀ, ਹਿੱਲੀ ਨਾ ਬਈ। ਅੱਛਾ ਪਿਆ ਯਾਰ ਤੇਰਾ। ਤੇ ਸ਼ੇਪ ਕਰਾਉਣ ਜਾਏ, ਨਾ ਹੀ ਇਹਦਾ ਮੂੰਹ ਫੜ ਕੇ ਪੈਰਾਂ 'ਚ ਰਾਹ ਲੈਂਦੇ ਜਿਵੇਂ ਜੁੱਤੀ ਨਹੀਂ ਮੁਰੰਮਤ ਕਰੀ। ਕਹਿੰਦਾ ਛੇਤੀ ਕਰੋ, ਕਹਿੰਦਾ ਬਸ ਨੱਕ ਥੱਲੇ 2-3 ਰੁਪਏ ਰਹਿ ਗਏ। ਏਡਾ ਵੱਡਾ ਮੂੰਹ ਹੈ, ਗਲੀ 'ਚ ਮੂੰਹ ਖੋਲ ਕੇ ਸੁੱਤਾ, ਬਿੱਲੀ ਵਿੱਚ ਬੱਚੇ ਦੇ ਗਈ। ਇਹ ਕਦੀ ਗਲੀ 'ਚ ਮੂੰਹ ਖੋਲ ਕੇ ਸੁੱਤਾ, ਕੁਲਫੀਆਂ ਵਾਲੇ ਨੇ ਮੂੰਹ 'ਚ ਦੁੱਧ ਪਾ ਕੇ ਵਿੱਚ ਤੀਲਾ ਲਾ ਦਿੱਤਾ, ਉਹ ਕਿਉਂ? ਦੂਜੇ ਦਿਨ ਆ ਕੇ ਕੁਲਫੀ ਕੱਢ ਲਏ। ਬੜਾ ਮੈਂ ਏਡਾ ਫਰੀਜ਼ਰ ਮਿਸਤਰੀ ਹੈ ਨਾ, ਬਦਤਮੀਜ਼, ਏਡਾ ਵੱਡਾ ਮੂੰਹ ਹੈ। ਦਰਜੀ ਕੋ ਕਮੀਜ਼ ਸਵਾਉਣ ਗਿਆ, ਦਰਜੀ ਮੂੰਹ ਵੇਖ ਕੇ ਕਹਿੰਦਾ ਭਾਈ ਸਾਹਿਬ ਆ ਕਮੀਜ਼ ਨੂੰ ਗਿਰੇਬਾਨ ਲਾਉਣਾ ਕਿ ਸ਼ਟਰ ਲਾ ਦਈਏ? ਇਹ ਕਮੀਜ਼ ਸਵਾਉਣ ਗਿਆ, ਦਰਜੀ ਕਹਿੰਦਾ ਭਾਈ ਜੀ ਗਿਰੇਬਾਨ ਬਣਾ ਲਿਆ ਕਿ ਇੱਥੇ ਵੀ ਕਾਜ ਹੀ ਕੱਢ ਦਈਏ। ਸਰਦੀਆਂ ਨੂੰ ਇਹਦਾ ਮੂੰਹ ਗੁੱਜਰ ਮੰਗ ਕੇ ਲੈ ਜਾਂਦੇ, ਭਾਈ ਸਾਹਿਬ ਅੰਦਰ ਮੱਝਾਂ ਬੰਨਣੀਆਂ ਸੀ। ਮਗਰੋਂ ਲੱਥ, ਮਗਰੋਂ ਲੱਥ, ਤੇਰਾ ਵੱਡਾ ਮੂੰਹ ਤੇਰੀਆਂ ਤੇਜ਼ੀਆਂ ਦੀ ਵਜ੍ਹਾ ਤੋਂ ਹੋਇਆ। ਫਰਿਸ਼ਤੇ ਇੰਨੀ ਮਿੱਟੀ ਲਾ ਕੇ ਮੂੰਹ ਬਣਾਉਣ ਡੇ ਸੀ ਇੰਜ ਕਰਕੇ, ਉਹ ਗਿੱਲੇ ਹੱਥ ਕਰਕੇ ਤਿਆਰੀ ਲਾਉਣ ਲੱਗੇ, ਉੱਤੇ ਰੱਖ ਟੁਰ ਪਿਆ, ਚੱਲੀਏ ਵੀ ਚੱਲੀਏ। ਉਹ ਨਾਲ ਇੱਕ ਹੋਰ ਬੰਦਾ ਬਣਨ ਡਿਆ ਸੀ, ਉਹਨੇ ਖੱਪ ਪਾ ਦਿੱਤੀ, ਉਹ ਮੇਰੇ ਮੂੰਹ ਵਾਲੀ ਮਿੱਟੀ ਵੀ ਲੈ ਚੱਲੇ। ਮੂੰਹ ਇਹਦਾ ਵੀ ਬੜਾ ਤਗੜਾ ਬਣਨ ਡਿਆ ਸੀ, ਬਸ ਗਲਤੀ ਹੋ ਗਈ। ਫਰਿਸ਼ਤਾ ਇਹਦਾ ਮੋਟਾ ਮੂੰਹ ਬਣਾਉਣ ਡਿਆ ਸੀ, ਨਾਲ ਵਾਲੇ ਫਰਿਸ਼ਤੇ ਨੇ ਇੱਕ ਲਤੀਫਾ ਸੁਣਾਇਆ, ਉਹਦਾ ਹਾਸਾ ਨਿਕਲ ਗਿਆ। ਤਾੜੀ ਚ ਆ ਗਿਆ, ਤਾੜੀ ਚ ਫਰਿਸ਼ਤੇ ਵੀ ਮਜ਼ਾ ਹੀ ਆ ਗਿਆ ਸੀ ਵੀ ਸੀਰੀਅਸ ਹੋ ਕੇ ਕੰਮ ਕਰੋ, ਬੰਦੇ ਦੀ ਜ਼ਿੰਦਗੀ ਦਾ ਸਵਾਲ ਹੈ। ਏਡਾ ਵੱਡਾ ਮੂੰਹ ਹੈ, ਬਦਤਮੀਜ਼ਾ ਮੂੰਹ, ਏਡਾ ਹੀ ਹੁੰਦਾ ਹੈ ਤੇਰਾ ਮੂੰਹ ਤੇ ਲੀਨਾ ਹੈ, ਤੇਰੇ ਅੱਬੇ ਨੇ ਤੈਨੂੰ ਚੋਰ ਸੋਚ ਲਵਾਇਆ ਹੋਇਆ ਹੈ। ਤੂੰ ਨਾ ਹੁੰਦਾ, ਤੇਰੇ 2 ਭਰਾ ਹੋਰ ਹੋਣੇ ਸੀ। ਜਮਾ ਤਫਰੀਕ, ਏਡਾ ਵੱਡਾ ਮੂੰਹ ਹੈ। ਮੈਨੂੰ ਦੱਸੀ ਜਾ ਰਹੇ ਮੈਂ ਤੇਰੀ ਮਾਂ ਵਾਂ? ਪਹਿਲੇ ਤੂੰ ਬੋਲਣ ਡਿਆ ਨਾ, ਪਹਿਲੇ ਸਿਹਤ ਬਣਾ ਲਾ, ਮਾਂ ਬਣਨ ਦਾ ਕਿੱਡਾ ਸ਼ੌਕ ਹੈ ਤੈਨੂੰ? ਤੇਰੀ ਸਿਹਤ ਮੇਰੇ ਤੋਂ ਵੀ ਭੈੜੀ ਹੈ। ਆਪਣੀ ਸਿਹਤ ਵੇਖ, ਲੱਗਦਾ ਐਸਾ ਰੋਜ਼ਾ ਰੱਖ ਕੇ ਖੋਲਿਆ ਹੀ ਨਹੀਂ। ਇਹਦੇ ਕੋਲ ਪਟਾਕਾ ਚਲਾਓ ਤੇ ਉੱਡ ਕੇ ਤਾਰ ਤੇ ਬਹਿ ਜਾਂਦੀ।
सही गल है, सही गल है, बड़ी माड़ी है बेचारी, तू तो दूरों जारा लग रहे यार। वाहे वाह, एक बारी बॉडी बिल्डिंग के मुकाबले च गया, इंज करके पोज बहाया, एक बंदे ने 150 रुपया देता, कुछ खाया पीविया कर। मेरा यह भी बॉडी बिल्डर के मुकाबले च गया, इतो पोज नहीं बने, मुंह तो बना रहे। वो कहते पौध बना, तू मूह बना, एडा वा मूह है, सज्जे खब्बे वेख के अपनी फरिश्ते सुट लेंदा, इन बेचारे लमके होंगे नाल, एडा एडा बरीक मूह है, एडे फरिश्ते बह के हसते रहते ने, मूह वेख के उ कार्टून लगे। उन्होंने की पता जैकी चंद की फिल्म चलन रही, एडा वा मूह है, एडे दंद दाड़ा अंदर खुले डुले फिर नहीं, एदिया दाड़ा नाल दे मूँह की दाड़ा दावत दी दी भैनों, इतवार को आ जा करो फिर करा है, बड़ी जगह होंगी असी अंदर रस्सा भी टप्पी दिखा, मूहे दाड़ा आपस गल कर दया ने, नी नाल हो के खलो नी, एदिया दाड़ा अगले दंदा कहदियां ने, बाहर भी मरिया करो, इतने चौड़े हुए नहीं जे साढ़े, तो एक एक कां होंदा ना, ये वड्डा कुकड़ लगा अंदर, एडा वड्डा मूंह, मूंह च बुरकी पाउंदा, बुरकी अंदर जाके राह लभदी, मैं जाना किधर है, ए बुरकी मूंह च पाए, बुरकी हाथ ला लड़ पैंदी, अंदर कोई थां है जिथे तू नन्नी, बड़ा मजा आ रहा है, ए मूंह च बुरकी पावे, बुरकी नक फड़ लैंदी, लम्मे सफर ते चली जा, ए बुरकी मूंह च पाए, बुरकी अंदर वर्दी कर दी, की होया तालू नू सिर वज्जा है, चलो मैं तो फिर बुरकी पाना, एदा वड्डा मूंह है, चार नान इको बारी मूंह च रख के सोच चुंगला दिंदा सीधा अंदर गड़ाम, ओए मूंह तेरा ते तेरी जबान नाल ही भर जांदा, रोटी किवें खाना है, तू बड़ी रोटी खाना था, तू अपना मूंह तोड़ भी चौगी दी निकलेगी, एडा वड्डा मूंह है, नाई शेव करदा करदा अपनी भैन नू भी मिल आउंदा, भैणा की हाल है राजी, अगो भैन कहंदी वीरा साल बाद आया वड्डे मूंह वाला, अज आया, एदी जेब ते टाइम ही नहीं लगता, ना ही पुछता जेब करानी है, एक मिनट ये पकड़ो, हो गई हुई है।